ਤੀਰਾਂ ਨਾਲ ਤਲਵਾਰਾਂ ਤੋਂ, ਪੰਥ ਡਰੇ ਗਦਾਰਾਂ ਤੋਂ, ਆਪਣੇ ਗਦਾਰ ਬਣਦੇ। ਅੱਜ ਹੁਣ ਮਸਲਾ ਇਹ ਨਹੀਂ ਰਹਿ ਗਿਆ ਵੀ ਜਾਂ ਇਕੱਲੇ ਅੰਮ੍ਰਿਤਪਾਲ ਸਿੰਘ ਦਾ ਰਹਿ ਗਿਆ, ਅੱਜ ਪੰਥ ਦਾ ਮਸਲਾ ਬਣ ਗਿਆ। ਓਹੋ ਮੁਗਲ ਬਹੁਤ ਚੜ੍ਹਦੀ ਕਲਾ ਦੇ ਫੈਸਲੇ ਹੋਏ ਆ, ਔਰ ਇੰਨੀ ਚੜ੍ਹਦੀ ਕਲਾ 'ਚ ਮੀਟਿੰਗ ਹੋਈ ਨਾ, ਜੋ ਮਰਜ਼ੀ ਕੋਈ ਦੂਜਾ ਤੀਜਾ ਆਖੀ ਜਾਵੇ ਅਸੀਂ ਚਸ਼ਮ ਦੀ ਦੇ ਹਾਂ। ਔਰ ਸਿੰਘ ਸਾਹਿਬ ਨੇ ਬੜੇ ਚੜ੍ਹਦੀ ਕਲਾ ਦੇ ਫੈਸਲੇ ਲਏ ਆ ਨਿਸ਼ਾਨਾਂ ਬਾਰੇ। ਜਿਹੜੇ ਨਿਸ਼ਾਨ ਉਹ ਕਹਿ ਰਹੇ ਸੀ ਵੀ ਇਹ ਨਿਸ਼ਾਨ ਜੀ ਵੀ ਖਾਲਿਸਤਾਨ ਦਾ ਜਾਂ ਜੀ ਇਹ ਨਿਸ਼ਾਨ ਉਹ ਖਾਲਸਾ ਰਾਜ ਦਾ ਹੈ, ਅਤੇ ਜਿਹੜੀ ਖਾਲਸ ਚੀਜ਼ ਆ ਪਿਓਰਿਟੀ ਉਹਦੇ 'ਤੇ ਤਾਂ ਮਾਣ ਹੋਣਾ ਚਾਹੀਦਾ। ਅਤੇ ਦੂਜਾ ਜਿਹੜੇ ਰਿਆਸਤਾਂ ਦੇ ਸਾਡੇ ਨਿਸ਼ਾਨ, ਹਾਂਜੀ ਉਹ ਰਿਆਸਤਾਂ ਦੇ ਨਿਸ਼ਾਨ ਉਹ ਸਾਡੇ ਰਾਜ ਭਾਗ ਦੀਆਂ ਨਿਸ਼ਾਨੀਆਂ, ਇਹਨਾਂ ਨੇ ਕਿੰਨਾ ਝੂਠ ਬੋਲਿਆ। ਇੱਥੋਂ ਸੋਚੋ ਵੀ ਇਹ ਕਿੱਥੇ ਕਿੱਥੇ ਕਿੰਨੇ ਵੱਡੇ ਵੱਡੇ ਝੂਠ ਬੋਲੇ ਹੋਣਗੇ। ਔਰ ਨੈਸ਼ਨਲ ਮੀਡੀਆ ਉਹਨਾਂ ਦੇ ਉੱਤੇ ਕੇਸ ਕੀਤੇ ਜਾਣੇ ਆ, ਹੁਣ ਉਹ ਇਕੱਲੇ ਇਕੱਲੇ ਚੈਨਲ ਦੇ ਨਾਲ ਨਜਿੱਠਿਆ ਜਾਣਾ ਜਿਹਨੇ ਸਿੱਖਾਂ ਦੀ ਛਵੀ ਇੰਨੇ ਗੰਦੇ ਢੰਗ ਦੇ ਨਾਲ ਫਲਾਈ। ਉਹਨਾਂ ਚਲੋ ਜੇ ਉਹ ਨੌਜਵਾਨਾਂ ਨੇ ਕੀ ਇੱਦਾਂ ਹਨੇਰਾ ਗਿਆ, ਕੀ ਉਹਨੇ ਗਲਤ ਕਰਤਾ ਸੀ ਐਸਾ, ਜੇ ਕੀਤਾ ਕਾਨੂੰਨ ਦੇ ਆਪਣੇ ਵੀ, ਅਤੇ ਜਿਹੜੀ ਇੱਥੇ ਦੀ ਸਰਕਾਰ ਵੀ ਆ ਚੁੱਕੇ NSA ਲਾਉਣ ਲੱਗ ਗਏ ਤੁਸੀਂ, ਉਹ ਪੁਰਾਣੇ ਦਿਨ ਚੇਤੇ ਕਰਾਉਣ ਲੱਗ ਗਏ, ਐਵੇਂ ਬਿਨਾਂ ਮਤਲਬ ਪਾਉਣ ਲੱਗ ਗਏ ਆ। ਇਹ ਸਰਕਾਰ ਵੀ ਅਤੇ ਉੱਥੇ ਵਾਲੀ ਵੀ, ਸੈਂਟਰ ਵਾਲੀ ਵੀ, ਚੱਕ ਕੇ ਪੇਜ ਬੰਦ ਕਰਤੇ ਚੰਗੇ ਭਲੇ ਬੰਦੇ ਜਿਹੜੇ ਸਾਡੇ ਵਧੀਆ ਬੁਲਾਰੇ ਨੇ ਜਾਂ ਕੋਈ ਵਧੀਆ ਸੋਚ ਰੱਖਣ ਵਾਲੇ, ਸਾਡਾ ਵੀ ਬੰਦ ਕੀਤਾ। ਪਰ ਕੋਈ ਗੱਲ ਨਹੀਂ, ਪਰਵਾਹ ਨਹੀਂ, ਪੰਥ ਲਈ ਜਿਹੜੇ ਨਾ ਕਲਗੀਆਂ ਵਾਲੇ ਸਤਿਗੁਰਾਂ ਨੇ ਮਿਹਰਾਂ ਕੀਤੀਆਂ, ਇੰਜ ਲੱਗਦਾ ਵੀ ਬਹੁਤ ਚੜ੍ਹਦੀ ਕਲਾ ਦਾ ਫੈਸਲਾ ਹੋਇਆ। ਅਤੇ ਚੜ੍ਹਦੀ ਕਲਾ ਦੀਆਂ ਨਿਊਜ਼ਾਂ ਹੁਣ ਚੱਲਣਗੀਆਂ, ਜਿੰਨਾ 10 ਦਿਨ ਭੰਡਿਆ ਨਾ ਹੁਣ ਉਨੀ ਚੜ੍ਹਦੀ ਕਲਾ ਦੀਆਂ ਸਾਡੀਆਂ ਆਉਣਗੀਆਂ। ਸਰਕਾਰਾਂ ਨੂੰ ਕੀ ਸੁਨੇਹਾ ਦਿੱਤਾ ਗਿਆ? ਸਰਕਾਰਾਂ ਨੂੰ ਬਹੁਤ ਸਖਤ ਆ, ਸਾਰਾ ਪੰਥ ਇਕਜੁੱਟ ਆ। ਇਹ ਇਕੱਲੇ ਨਾ ਸਮਝਣ ਵੀ ਜਾਂ ਸ਼੍ਰੋਮਣੀ ਕਮੇਟੀ ਇਕੱਲੀ ਜਾਂ ਜਥੇਦਾਰ ਸਾਹਿਬ ਇਕੱਲੇ ਨੇ ਜਾਂ ਦਲ ਪੰਥ, ਸਾਰੇ ਹੀ ਇਕਜੁੱਟ ਨੇ। ਔਰ ਸਾਰਿਆਂ ਜਕਾਰੇ ਗੂੰਜਦੇ ਸੀ ਜਦੋਂ ਸਿੰਘ ਸਾਹਿਬ ਇੱਕ ਇੱਕ ਗੱਲ ਕਰਦੇ ਸੀ। ਨਿਸ਼ਾਨ ਸਾਹਿਬ ਉਹ ਝੂਲਣਗੇ 29 ਨੂੰ, ਉਹ ਨਿਸ਼ਾਨ ਸਾਹਿਬ ਹਰ ਸਿੱਖ ਦੇ ਘਰ ਦੇ ਉੱਤੇ ਲੱਗਣੇ ਚਾਹੀਦੇ। ਕਰਕ ਜਾਵੇ ਨਿਹਾਲੋ ਜਾਵੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗ ਤੇ ਦੀਵਾਨ ਰਹੇ, ਗਾਭ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਔਰ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਸਾਡਾ ਹਿੰਦੂ ਮੁਸਲਮਾਨ ਇਦਾਂ ਵੈਰ ਨਹੀਂ, ਸਾਰੇ ਹੀ ਸਾਡੇ ਨੇ, ਕੋਈ ਗੈਰ ਨਹੀਂ ਕਿਸੇ ਦੇ ਨਾਲ, ਤੇ ਸਾਡੀ ਲੱਗਦੀ ਨਹੀਂ, ਬਹੁਤ ਔਖੇ ਆ ਸਰਕਾਰਾਂ ਤੋਂ। ਤੇ ਦੂਜੀ ਗੱਲ ਨਾ ਤੀਰਾਂ ਨਾ ਤਲਵਾਰਾਂ ਤੋਂ, ਪੰਥ ਡਰੇ ਗਦਾਰਾਂ ਤੋਂ, ਆਪਣੇ ਗਦਾਰ ਬਣਦੇ। ਅੱਜ ਹੁਣ ਮਸਲਾ ਇਹ ਨਹੀਂ ਰਹਿ ਗਿਆ ਵੀ ਜਾਂ ਇਕੱਲੇ ਅੰਮ੍ਰਿਤਪਾਲ ਸਿੰਘ ਦਾ ਰਹਿ ਗਿਆ, ਅੱਜ ਪੰਥ ਦਾ ਮਸਲਾ ਬਣ ਗਿਆ ਮੁੰਗਾ ਸਾਹਿਬ। ਅੱਜ ਪੰਥ ਬਨਾਮ ਸੈਂਟਰ ਜਾਂ ਪੰਥ ਵਿਰੋਧੀ, ਹੁਣ ਪੰਥ ਇਕਜੁੱਟ ਆ, ਇਹ ਜਕਾਰੇ ਗਜਾਓ। ਬਾਕੀ ਨੌਜਵਾਨਾਂ ਨੂੰ ਬੇਨਤੀ ਵੀ ਬਹੁਤ ਜਾਬਤੇ 'ਚ ਰਹੋ, ਤੁਹਾਡੇ ਬਜ਼ੁਰਗ ਆ, ਇੰਨੇ ਤੱਤੇ ਵੀ ਨਾ ਚੱਲੀਏ ਵੀ ਆਪਾਂ ਵੀ ਹੁਣੇ ਹੀ ਆਹ ਨਹੀਂ ਜੀ ਐਂ ਕਰੋ ਐਂ ਕਰੋ, ਮਾਰੇ ਮਿਹਰ ਕਰਨਗੇ। ਪੰਥ ਦੀਆਂ ਚੜ੍ਹਦੀਆਂ ਕਲਾ ਹੋਣਗੀਆਂ, ਬਸ ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ, ਹਾਂ ਹੋਸ਼ ਜੋਸ਼ ਜੋਸ਼ ਹੋਸ਼ ਦੋਨੇ ਰੱਖਣੇ। ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਪਹਿਲਾਂ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਦਰਸ਼ਨ ਦਦਾਰੇ ਕੀਤੇ ਹੈ। ਅਤੇ ਅੱਜ ਜਿਹੜਾ ਗੁਰਮਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਖੇ ਸੀ, ਅਤੇ ਆਹ ਜਿਹੜਾ ਗੁਰਮਤੇ ਕਰਨ ਵਾਸਤੇ ਖਾਲਸਾ ਪੰਥ ਦਾ ਜਿਹੜਾ ਮੁਖੀਆਂ ਦਾ ਨਿਹੰਗ ਸਿੰਘ ਜਿੱਥੇ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਅਤੇ ਉੱਥੇ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਜਿੱਥੇ ਹਾਜ਼ਰ ਹੋਏ, ਦਰਸ਼ਨ ਦਦਾਰੇ ਕੀਤੇ ਨੇ। ਅਤੇ ਇਹ ਜਿਹੜੇ ਅੱਜ ਕੱਲ੍ਹ ਦੇ ਹਾਲਾਤ ਬਾਰੇ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਬਾਰੇ, ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਾਰਿਆਂ ਨੇ ਇਹੀ ਸੁਝਾਅ ਦਿੱਤੇ ਨੇ ਵੀ ਉਹ ਹੈ ਕਿੱਥੇ ਹੈ, ਅਤੇ ਜਿਹੜੇ ਨੌਜਵਾਨ ਗਲਤ ਫੜੇ ਜਾ ਰਹੇ ਨੇ, ਪੁਲਿਸ ਨੇ ਜਿਹੜੇ ਗਲਤ ਫੜੇ ਨੇ, ਅਤੇ ਉਹਨਾਂ ਬਾਰੇ ਵੀ ਬਹੁਤ ਵਿਸਤਾਰਪੂਰਵਕ ਜਿਹੜੇ ਗੁਰਮਤੇ ਹੋਏ ਨੇ, ਜੇ ਉਹ ਆਪਣੇ ਉਹਨਾਂ ਦੇ ਉੱਪਰ ਕੋਈ ਕੇਸ ਨਹੀਂ ਬਣਦੇ, ਉਹਨਾਂ ਨੂੰ ਜਿਹੜੇ ਗਲਤ ਫੜੇ ਉਹਨਾਂ ਨੂੰ ਤੁਰੰਤ ਜਿਹੜਾ ਰਿਹਾਅ ਕੀਤਾ ਜਾਣਾ ਚਾਹੀਦਾ। ਅਤੇ ਨਾਲ ਹੀ ਜਿਹੜੇ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਵੀ ਜੇ ਉਹ ਪੁਲਿਸ ਕੋਲ ਹੈਗਾ ਤਾਂ ਉਹ ਆਪਣੇ ਦੱਸਿਆ ਜਾਣਾ ਚਾਹੀਦਾ, ਜੇ ਨਹੀਂ ਹੈ ਤਾਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਆਪ ਹੀ ਜਿਹੜਾ ਆ ਕੇ ਅਤੇ ਉਹ ਜ਼ਰੂਰ ਆਪਣੇ ਸਿੰਘ ਸਾਹਿਬ ਕੋਲ ਜਾਂ ਕਿਤੇ ਵੀ ਆਪਣੇ ਜ਼ਰੂਰ ਦੱਸਣਾ ਚਾਹੀਦਾ। ਅਤੇ ਉਹ ਸਾਰੀਆਂ ਜਥੇਬੰਦੀਆਂ ਦੀ ਇੱਕ ਮਤ ਹੋਈ ਹੈ ਕਿ ਆਪਾਂ ਆਪਣੇ ਜੇ ਉਹ ਨਹੀਂ ਆਪਦੇ ਆਪ ਪੇਸ਼ ਹੁੰਦਾ ਤਾਂ ਉਹ ਅਕਾਲ ਤਖਤ ਸਾਹਿਬ ਦੇ ਰਾਹੀਂ ਜਾਂ ਆਪਣੇ ਜੋ ਵੀ ਉਹਦੇ 'ਤੇ ਗੱਲਬਾਤ ਹੈ ਉਹ ਆਪਣੇ ਜ਼ਰੂਰ ਜਿਹੜਾ ਸਨਮੁੱਖ ਆਵੇ।
तो जिहड़ी अपने संगतां दे विच दुविधा है जां नौजवान जिहड़े अपने साडे वो दुविधा विच ने उहनां नूं क्लीयर करना चाहिए तो भजना नहीं चाहिए। जे 84 दे विच कोई भी उस तो पहला भी संत बाबा जरनैल सिंह जी साढ़े जदों कितें कोई इहो जी गल आई सी तो उन्होंने आप जिहड़ी मैते चौंक दे विच गिरफ्तारी दित्ती सी ते उहनां नूं इहो जिहा नहीं सी करना चाहिए। इहो जी कोई अपने कानून भी जे कोई गलत लग्या तो वह भी जिहड़ा जरूर अपने पंजाब ते हिंदुस्तान की सरकार नूं जरूर वह देखना चाहिए भी किसे ते जिहड़ियां इहो जिहियां सख्त धाराएं ला के जे नहीं बनदियां तो वह जिहड़ियां हटा भी सकदी है सरकार। तो मेरी तो अपने जिहड़ा सारे गुरमते हुए ने तो वो भाई अमृतपाल सिंह नूं जरूर चाहिए वह भजन की बजाय वह जरूर अपने जिहड़ा अपने संगतां दे सन्मुख होना चाहिए। अपने उत्थे ते ही गल होई है सारे सिंह साहब जी ने भी हुण अपने सारे गुरमते हुए ने जे वो अपने किते भी हैगे वो जरूर अपने उन्होंने अपने अकाल तख्त साहब के थ्रू ही हो जान पेश। सारिया जथेबंदियां ने भी यही कहा भी अपने उन्होंने ये नहीं दुविधा नहीं रखनी चाहिए जे कोई इहो जी गलबात हैगी तो वह जरूर अपने अकाल तख्त साहब के राही हो जाते कोई अपने इत्थे करते अप्रोच करते। हाँ वो जरूर कहा कि जे अपने जिहड़े नौजवान ने जे 24 घंटिया के बा नहीं छड़नगे विच सारिया ने तो यही कहा मैं भी ये बेनती करदा तुरंत उन्होंने जे अपने रिहा करना चाहिए जे 24 घंटिया तक नहीं छड़िया तो अगला जिहड़ा वो अकाल तख्त साहब वालों जो भी सारे होए ने गुरमते वो अनुसार चलांगे। तीरां ना तलवारां तो पंथ डरे गदारां तो अपने गदार बणदे अज हुण मसला ये नहीं रह गया भी जां कल्ले अमृतपाल सिंह दा रह गया अज पंथ दा मसला बन गया। ओहो बहुत चढ़दी कला के फैसले हुए और इन्नी इन्नी चढ़दी कला च मीटिंग हुई ना जो मर्जी कोई दूजा तीजा आखी जाए असी चशम दी दे और सिंह साहब ने बड़े चढ़दी कला के फैसले ले आ निशाना बारे जिहड़े निशान वह कह रहे थे भी निशान जी भी खालिस्तान का जां जी ये निशान वह खालसा राज दा है तो जिहड़ी खालस चीज़ आ प्योरिटी वो माण होना चाहिए तो दूजा जिहड़े रियासतां दे साडे निशान हाँ जी वो रियासतां दे निशान वो साडे राज भाग दीआं निशानियां इन्हां ने किन्ना झूठ बोलिया इत्थों सोचो भी ये कित्थे कित्थे किन्ने वड्डे वड्डे झूठ बोले होणगे और नैशनल मीडिया उन्हां दे उत्ते केस कीते जाणे हुण वो कल्ले कल्ले चैनल दे नाल नजिठिया जाना जिन्हें सिखां दी छवि इन्ने गंदे ढंग दे नाल भलाई उन्हें चलो जे नौजवानों ने की एडा नेरा गया की उन्हें गलत करता सी ऐसा जे कीता कानून दे अपने भी तो जिहड़ी इत्थे दी सरकार भी आ चौके NSA लाउण लग गए तुसीं वो पुराने दिन चेते कराउण लग गए एवें बिना मतलब पाउण लग गए आ ये सरकार भी तो उत्थे वाली भी सेंटर वाली भी चक के पेज बंद करते चंगे भले बंदे जिहड़े साडे वधिया बुलारे ने जां कोई वधिया सोच रखण वाले साडा भी बंद कीता पर कोई गल नहीं परवाह नहीं पंथ लई जिहड़े ना कलगियां वाले सतगुरां ने मेहरां कीतियां इंज लगदा भई बहुत चढ़दी कला दा बहुत चढ़दी कला दा फैसला होया ते चढ़दी कला दीआं न्यूज़ां हुण चलणगीआं जिन्ना 10 दिन भंडिया ना हुण उन्नी चढ़दी कला दीआं साडीआं आउणगीआं। सरकारां नूं की सुनेहा दित्ता गया? सरकारां नूं बहुत सख्त सारा पंथ इकजुटिया ਇਹ ਇਕੱਲੇ ਨਾ ਸਮਝਣ ਵੀ ਜਾਂ ਸ਼੍ਰੋਮਣੀ ਕਮੇਟੀ ਇਕੱਲੀ ਜਾਂ ਜਥੇਦਾਰ ਸਾਹਿਬ ਇਕੱਲੇ ਨੇ ਜਾਂ ਦਲ ਪੰਥ ਸਾਰੇ ਹੀ ਇਕਜੁੱਟ ਨੇ ਔਰ ਸਾਰਿਆਂ ਜਕਾਰੇ ਗੂੰਜਦੇ ਸੀ ਜਦੋਂ ਸਿੰਘ ਸਾਹਿਬ ਇੱਕ ਇੱਕ ਗੱਲ ਕਰਦੇ ਸੀ ਨਿਸ਼ਾਨ ਸਾਹਿਬ ਉਹ ਝੂਲਣਗੇ 29 ਨੂੰ ਉਹ ਨਿਸ਼ਾਨ ਸਾਹਿਬ ਹਰ ਸਿੱਖ ਦੇ ਘਰ ਦੇ ਉੱਤੇ ਲੱਗਣੇ ਚਾਹੀਦੇ ਕਰਕ ਜਾਵੇ ਨਿਹਾਲੋ ਜਾਵੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ लाग ते दीवान रहे गाव ते सुजान रहे झूल ते निशान रहे पंथ महाराज के और साडा किसे नाल कोई बैर नहीं साडा हिंदू मुसलमान इदां बैर नहीं सारे ही साडे ने कोई गैर नहीं किसे दे नाल ते साडी लगदी नहीं बहुत औखे आ सरकारां तो ते दूजी गल ना तीरां ना तलवारां तो पंथ डरे गदारां तो अपने गदार बणदे अज हुण मसला ये नहीं रह गया भी जां कल्ले अमृतपाल सिंह दा रह गया अज पंथ दा मसला बन गया। ਮੰਗਾ ਸਾਹਿਬ ਅੱਜ ਪੰਥ ਬਨਾਮ ਸੈਂਟਰ ਜਾਂ ਪੰਥ ਵਿਰੋਧੀ ਹੁਣ ਪੰਥ ਇੱਕ ਜੁੱਟਿਆ ਇਹ ਜਕਾਰੇ ਗਜਾਓ ਬਾਕੀ ਨੌਜਵਾਨਾਂ ਨੂੰ ਬੇਨਤੀ ਵੀ ਬਹੁਤ ਜਾਵਤੇ 'ਚ ਰਹੋ ਤੁਹਾਡੇ ਬਜ਼ੁਰਗ ਆ ਇੰਨੇ ਤੱਤੇ ਵੀ ਨਾ ਚੱਲੀਏ ਵੀ ਆਪਾਂ ਵੀ ਹੁਣੇ ਆਹ ਨਹੀਂ ਜੀ ਐਂ ਕਰੋ ਐਂ ਕਰੋ ਮਾਰੇ ਮਿਹਰ ਕਰਨਗੇ ਪੰਥ ਦੀਆਂ ਚੜ੍ਹਦੀਆਂ ਕਲਾ ਹੋਣਗੀਆਂ ਬਸ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਹਾਂ ਹੋਸ਼ ਜੋਸ਼ ਜੋਸ਼ ਹੋਸ਼ ਦੋਨੇ ਰੱਖਣੇ ਵਾਹਿਗੁਰੂ ਜੀ ਕਾ ਖਾਲਸਾ।
सब तो पहला तो धन धन साहब श्री गुरु रामदास सच्चे पातशाह उन्हां दे दर्शन ददारे कीते है ते अज जिहड़ा गुरमते श्री अकाल तख्त साहब दे खेसी ते आ जिहड़ा गुरमते करन वास्ते खालसा पंथ दा जिहड़ा मुखियां दा ਨਿਹੰਗ ਸਿੰਘ ਜਿੱਥੇ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਅਤੇ ਉੱਥੇ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਜਿੱਥੇ ਹਾਜ਼ਰ ਹੋਏ ਦਰਸ਼ਨ ਦਦਾਰੇ ਕੀਤੇ ਨੇ ਅਤੇ ਇਹ ਜਿਹੜੇ ਅੱਜ ਕੱਲ੍ਹ ਦੇ ਹਾਲਾਤ ਬਾਰੇ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਬਾਰੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਾਰਿਆਂ ਨੇ ਇਹੀ ਸੁਝਾਅ ਦਿੱਤੇ ਨੇ ਵੀ ਉਹ ਹੈ ਕਿੱਥੇ ਹੈ ਅਤੇ ਜਿਹੜੇ ਨੌਜਵਾਨ ਗਲਤ ਫੜੇ ਜਾ ਰਹੇ ਨੇ ਪੁਲਿਸ ਨੇ ਜਿਹੜੇ ਗਲਤ ਫੜੇ ਨੇ ਅਤੇ ਉਹਨਾਂ ਬਾਰੇ ਵੀ ਬਹੁਤ ਵਿਸਤਾਰਪੂਰਵਕ ਜਿਹੜੇ ਗੁਰਮਤੇ ਹੋਏ ਨੇ ਜੇ ਉਹ ਆਪਣੇ ਉਹਨਾਂ ਦੇ ਉੱਪਰ ਕੋਈ ਕੇਸ ਨਹੀਂ ਬਣਦੇ ਉਹਨਾਂ ਨੂੰ ਜਿਹੜੇ ਗਲਤ ਫੜੇ ਉਹਨਾਂ ਨੂੰ ਤੁਰੰਤ ਜਿਹੜਾ ਰਿਹਾਅ ਕੀਤਾ ਜਾਣਾ ਚਾਹੀਦਾ ਅਤੇ ਨਾਲ ਹੀ ਜਿਹੜੇ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਵੀ ਜੇ ਉਹ ਪੁਲਿਸ ਕੋਲ ਹੈਗਾ ਤਾਂ ਉਹ ਆਪਣੇ ਦੱਸਿਆ ਜਾਣਾ ਚਾਹੀਦਾ ਜੇ ਨਹੀਂ ਹੈ ਤਾਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਆਪ ਹੀ ਜਿਹੜਾ ਆ ਕੇ ਅਤੇ ਉਹ ਜ਼ਰੂਰ ਆਪਣੇ ਸਿੰਘ ਸਾਹਿਬ ਕੋਲ ਜਾਂ ਕਿਤੇ ਵੀ ਆਪਣੇ ਜ਼ਰੂਰ ਦੱਸਣਾ ਚਾਹੀਦਾ ਅਤੇ ਉਹ ਸਾਰੀਆਂ ਜਥੇਬੰਦੀਆਂ ਦੀ ਇੱਕ ਮਤ ਹੋਈ ਹੈ ਕਿ ਆਪਾਂ ਆਪਣੇ ਜੇ ਉਹ ਨਹੀਂ ਆਪਦੇ ਆਪ ਪੇਸ਼ ਹੁੰਦਾ ਤਾਂ ਉਹ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਜਾਂ ਆਪਣੇ ਜੋ ਵੀ ਉਹਦੇ 'ਤੇ ਗੱਲਬਾਤ ਹੈ ਉਹ ਆਪਣੇ ਜ਼ਰੂਰ ਜਿਹੜਾ ਸਨਮੁੱਖ ਆਵੇ ਅਤੇ ਜਿਹੜੀ ਆਪਣੇ ਸੰਗਤਾਂ ਦੇ ਵਿੱਚ ਦੁਬਧਾ ਹੈ ਜਾਂ ਨੌਜਵਾਨ ਜਿਹੜੇ ਆਪਣੇ ਸਾਡੇ ਉਹ ਦੁਬਧਾ ਵਿੱਚ ਨੇ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਅਤੇ ਭੱਜਣਾ ਨਹੀਂ ਚਾਹੀਦਾ ਜੇ 84 ਦੇ ਵਿੱਚ ਕੋਈ ਵੀ ਉਸ ਤੋਂ ਪਹਿਲਾਂ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਸਾਡੇ ਜਦੋਂ ਕਿਤੇ ਕੋਈ ਇਹੋ ਜਿਹੀ ਗੱਲ ਆਈ ਸੀ ਤਾਂ ਉਹਨਾਂ ਨੇ ਆਪ ਜਿਹੜੀ ਮਹਿਤੇ ਚੌਂਕ ਦੇ ਵਿੱਚ ਗ੍ਰਿਫਤਾਰੀ ਦਿੱਤੀ ਸੀ ਅਤੇ ਉਹਨਾਂ ਨੂੰ ਇਹੋ ਜਿਹਾ ਨਹੀਂ ਸੀ ਕਰਨਾ ਚਾਹੀਦਾ ਇਹੋ ਜਿਹੀ ਕੋਈ ਆਪਣੇ ਕਾਨੂੰਨ ਵੀ ਜੇ ਕੋਈ ਗਲਤ ਲੱਗਿਆ ਤਾਂ ਉਹ ਵੀ ਜਿਹੜਾ ਜ਼ਰੂਰ ਆਪਣੇ ਪੰਜਾਬ ਅਤੇ ਹਿੰਦੁਸਤਾਨ ਦੀ ਸਰਕਾਰ ਨੂੰ ਜ਼ਰੂਰ ਉਹ ਦੇਖਣਾ ਚਾਹੀਦਾ ਵੀ ਕਿਸੇ 'ਤੇ ਜਿਹੜੀਆਂ ਇਹੋ ਜਿਹੀਆਂ ਸਖ਼ਤ ਧਾਰਾਵਾਂ ਲਾ ਕੇ ਜੇ ਨਹੀਂ ਬਣਦੀਆਂ ਤਾਂ ਉਹ ਜਿਹੜੀਆਂ ਹਟਾ ਵੀ ਸਕਦੀ ਆ ਸਰਕਾਰ ਅਤੇ ਮੇਰੀ ਤਾਂ ਆਪਣੇ ਜਿਹੜਾ ਸਾਰੇ ਗੁਰਮਤੇ ਹੋਏ ਨੇ ਅਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਜ਼ਰੂਰ ਚਾਹੀਦਾ ਉਹ ਭੱਜਣ ਦੀ ਬਜਾਏ ਉਹ ਜ਼ਰੂਰ ਆਪਣੇ ਜਿਹੜਾ ਆਪਣੇ ਸੰਗਤਾਂ ਦੇ ਸਨਮੁੱਖ ਆਉਣਾ ਚਾਹੀਦਾ ਆਪਣੇ ਉੱਥੇ ਤਾਂ ਇਹੀ ਗੱਲ ਹੋਈ ਹੈ ਸਾਰੇ ਸਿੰਘ ਸਾਹਿਬ ਜੀ ਨੇ ਵੀ ਹੁਣ ਆਪਣੇ ਸਾਰੇ ਗੁਰਮਤੇ ਹੋਏ ਨੇ ਜੇ ਉਹ ਆਪਣੇ ਕਿਤੇ ਵੀ ਹੈਗੇ ਉਹ ਜ਼ਰੂਰ ਆਪਣੇ ਉਹਨਾਂ ਨੂੰ ਆਪਣੇ ਅਕਾਲ ਤਖ਼ਤ ਸਾਹਿਬ ਦੇ ਥਰੂ ਹੀ ਹੋ ਜਾਣ ਪੇਸ਼ ਸਾਰੀਆਂ ਜਥੇਬੰਦੀਆਂ ਨੇ ਵੀ ਇਹੀ ਕਿਹਾ ਵੀ ਆਪਣੇ ਉਹਨਾਂ ਨੂੰ ਇਹ ਨਹੀਂ ਦੁਬਧਾ ਨਹੀਂ ਰੱਖਣੀ ਚਾਹੀਦੀ ਜੇ ਕੋਈ ਇਹੋ ਜਿਹੀ ਗੱਲਬਾਤ ਹੈਗੀ ਆ ਤਾਂ ਉਹ ਜ਼ਰੂਰ ਆਪਣੇ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਹੋ ਜਾਂਦੇ ਕੋਈ ਆਪਣੇ ਇੱਥੇ ਕਰਦੇ ਅਪਰੋਚ ਕਰਦੇ ਹਾਂ ਉਹ ਜ਼ਰੂਰ ਕਿਹਾ ਕਿ ਜੇ ਆਪਣੇ ਜਿਹੜੇ ਨੌਜਵਾਨ ਨੇ ਜੇ 24 ਘੰਟਿਆਂ ਦੇ ਨਹੀਂ ਛੱਡਣਗੇ ਵਿੱਚ ਸਾਰਿਆਂ ਨੇ ਤਾਂ ਇਹੀ ਕਿਹਾ ਮੈਂ ਵੀ ਇਹ ਬੇਨਤੀ ਕਰਦਾ ਤੁਰੰਤ ਉਹਨਾਂ ਨੂੰ ਜੇ ਆਪਣੇ ਰਿਹਾਅ ਕਰਨਾ ਚਾਹੀਦਾ ਜੇ 24 ਘੰਟਿਆਂ ਤੱਕ ਨਹੀਂ ਛੱਡਿਆ ਅਤੇ ਅਗਲਾ ਜਿਹੜਾ ਉਹ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਸਾਰੇ ਹੋਏ ਨੇ ਗੁਰਮਤੇ ਉਹਦੇ ਅਨੁਸਾਰ ਚੱਲਾਂਗੇ ਤੀਰਾਂ ਨਾਲ ਤਲਵਾਰਾਂ ਤੋਂ ਪੰਥ ਡਰੇ ਗਦਾਰਾਂ ਤੋਂ ਆਪਣੇ ਗਦਾਰ ਬਣਦੇ ਅੱਜ ਹੁਣ ਮਸਲਾ ਇਹ ਨਹੀਂ ਰਹਿ ਗਿਆ ਵੀ ਜਾਂ ਇਕੱਲੇ ਅੰਮ੍ਰਿਤਪਾਲ ਸਿੰਘ ਦਾ ਰਹਿ ਗਿਆ ਅੱਜ ਪੰਥ ਦਾ ਮਸਲਾ ਬਣ ਗਿਆ ਓਹੋ ਮੁਗਲ ਬਹੁਤ ਚੜ੍ਹਦੀ ਕਲਾ ਦੇ ਫੈਸਲੇ ਹੋਏ ਆ ਔਰ ਇੰਨੀ ਚੜ੍ਹਦੀ ਕਲਾ 'ਚ ਮੀਟਿੰਗ ਹੋਈ ਨਾ ਜੋ ਮਰਜ਼ੀ ਕੋਈ ਦੂਜਾ ਤੀਜਾ ਕੇ ਜਾਵੇ ਅਸੀਂ ਚਸ਼ਮ ਦੀ ਦਿਆਂ ਔਰ ਸਿੰਘ ਸਾਹਿਬ ਨੇ ਬੜੇ ਚੜ੍ਹਦੀ ਕਲਾ ਦੇ ਫੈਸਲੇ ਲਏ ਆ ਨਿਸ਼ਾਨਾਂ ਬਾਰੇ ਜਿਹੜੇ ਨਿਸ਼ਾਨ ਉਹ ਕਹਿ ਰਹੇ ਸੀ ਵੀ ਇਹ ਨਿਸ਼ਾਨ ਜੀ ਵੀ ਖਾਲਿਸਤਾਨ ਦਾ ਜਾਂ ਜੀ ਇਹ ਨਿਸ਼ਾਨ ਉਹ ਖਾਲਸਾ ਰਾਜ ਦਾ ਹੈ ਅਤੇ ਜਿਹੜੀ ਖਾਲਸ ਚੀਜ਼ ਆ ਪਿਓਰਟੀ ਉਹਦੇ 'ਤੇ ਤਾਂ ਮਾਣ ਹੋਣਾ ਚਾਹੀਦਾ ਅਤੇ ਦੂਜਾ ਜਿਹੜੇ ਰਿਆਸਤਾਂ ਦੇ ਸਾਡੇ ਨਿਸ਼ਾਨ ਹਾਂਜੀ ਉਹ ਰਿਆਸਤਾਂ ਦੇ ਨਿਸ਼ਾਨ ਉਹ ਸਾਡੇ ਰਾਜ ਭਾਗ ਦੀਆਂ ਨਿਸ਼ਾਨੀਆਂ ਇਹਨਾਂ ਨੇ ਕਿੰਨਾ ਝੂਠ ਬੋਲਿਆ ਇੱਥੋਂ ਸੋਚੋ ਵੀ ਇਹ ਕਿੱਥੇ ਕਿੱਥੇ ਕਿੰਨੇ ਵੱਡੇ ਵੱਡੇ ਝੂਠ ਬੋਲੇ ਹੋਣਗੇ ਔਰ ਨੈਸ਼ਨਲ ਮੀਡੀਆ ਉਹਨਾਂ ਦੇ ਉੱਤੇ ਕੇਸ ਕੀਤੇ ਜਾਣੇ ਆ ਹੁਣ ਉਹ ਇਕੱਲੇ ਇਕੱਲੇ ਚੈਨਲ ਦੇ ਨਾਲ ਨਜਿੱਠਿਆ ਜਾਣਾ ਜਿਹਨੇ ਸਿੱਖਾਂ ਦੀ ਛਵੀ ਇੰਨੇ ਗੰਦੇ ਢੰਗ ਦੇ ਨਾਲ ਫਲਾਈ ਉਹਨਾਂ ਚਲੋ ਜੇ ਉਹ ਨੌਜਵਾਨਾਂ ਨੇ ਕੀ ਇੱਦਾਂ ਹਨੇਰਾ ਗਿਆ ਕੀ ਉਹਨੇ ਗਲਤ ਕਰਤਾ ਸੀ ਐਸਾ ਜੇ ਕੀਤਾ ਕਾਨੂੰਨ ਦੇ ਆਪਣੇ ਵੀ ਅਤੇ ਜਿਹੜੀ ਇੱਥੇ ਦੀ ਸਰਕਾਰ ਵੀ ਆ ਚੁੱਕੇ NSA ਲਾਉਣ ਲੱਗ ਗਏ ਤੁਸੀਂ ਉਹ ਪੁਰਾਣੇ ਦਿਨ ਚੇਤੇ ਕਰਾਉਣ ਲੱਗ ਗਏ ਐਵੇਂ ਬਿਨਾਂ ਮਤਲਬ ਪਾਉਣ ਲੱਗ ਗਏ ਆ ਇਹ ਸਰਕਾਰ ਵੀ ਅਤੇ ਉੱਥੇ ਵਾਲੀ ਵੀ ਸੈਂਟਰ ਵਾਲੀ ਵੀ ਚੱਕ ਕੇ ਪੇਜ ਬੰਦ ਕਰਤੇ ਚੰਗੇ ਭਲੇ ਬੰਦੇ ਜਿਹੜੇ ਸਾਡੇ ਵਧੀਆ ਬੁਲਾਰੇ ਨੇ ਜਾਂ ਕੋਈ ਵਧੀਆ ਸੋਚ ਰੱਖਣ ਵਾਲੇ ਸਾਡਾ ਵੀ ਬੰਦ ਕੀਤਾ ਪਰ ਕੋਈ ਗੱਲ ਨਹੀਂ ਪਰਵਾਹ ਨਹੀਂ ਪੰਥ ਲਈ ਜਿਹੜੇ ਨਾ ਕਲਗੀਆਂ ਵਾਲੇ ਸਤਿਗੁਰਾਂ ਨੇ ਮਿਹਰਾਂ ਕੀਤੀਆਂ ਇੰਝ ਲੱਗਦਾ
ਭਈ ਬਹੁਤ ਚੜ੍ਹਦੀ ਕਲਾ ਦਾ ਬਹੁਤ ਚੜ੍ਹਦੀ ਕਲਾ ਦਾ ਫੈਸਲਾ ਹੋਇਆ ਤੇ ਚੜ੍ਹਦੀ ਕਲਾ ਦੀਆਂ ਨਿਊਜ਼ਾਂ ਹੁਣ ਚੱਲਣਗੀਆਂ ਜਿੰਨਾ 10 ਦਿਨ ਭੰਡਿਆ ਨਾ ਹੁਣ ਉਨੀ ਚੜ੍ਹਦੀ ਕਲਾ ਦੀਆਂ ਸਾਡੀਆਂ ਆਉਣਗੀਆਂ। ਸਰਕਾਰਾਂ ਨੂੰ ਕੀ ਸੁਨੇਹਾ ਦਿੱਤਾ ਗਿਆ? ਸਰਕਾਰਾਂ ਨੂੰ ਬਹੁਤ ਸਖਤ ਆ, ਸਾਰਾ ਪੰਥ ਇਕਜੁੱਟ ਆ। ਇਹ ਇਕੱਲੇ ਨਾ ਸਮਝਣ ਭਈ ਜਾਂ ਸ਼੍ਰੋਮਣੀ ਕਮੇਟੀ ਇਕੱਲੀ ਜਾਂ ਜਥੇਦਾਰ ਸਾਹਿਬ ਇਕੱਲੇ ਨੇ ਜਾਂ ਦਲ ਪੰਥ, ਸਾਰੇ ਹੀ ਇਕਜੁੱਟ ਨੇ। ਔਰ ਸਾਰਿਆਂ ਜਕਾਰੇ ਗੂੰਜਦੇ ਸੀ ਜਦੋਂ ਸਿੰਘ ਸਾਹਿਬ ਇੱਕ ਇੱਕ ਗੱਲ ਕਰਦੇ ਸੀ। ਨਿਸ਼ਾਨ ਸਾਹਿਬ ਉਹ ਝੂਲਣਗੇ 29 ਨੂੰ, ਉਹ ਨਿਸ਼ਾਨ ਸਾਹਿਬ ਹਰ ਸਿੱਖ ਦੇ ਘਰ ਦੇ ਉੱਤੇ ਲੱਗਣੇ ਚਾਹੀਦੇ। ਕਰਕ ਜਾਵੇ ਨਿਹਾਲੋ ਜਾਵੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗ ਤੇ ਦੀਵਾਨ ਰਹੇ, ਗਾਭ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਔਰ ਸਾਡਾ ਕਿਸੇ ਨਾਲ ਕੋਈ ਬੈਰ ਨਹੀਂ, ਸਾਡਾ ਹਿੰਦੂ ਮੁਸਲਮਾਨ ਇਦਾਂ ਬੈਰ ਨਹੀਂ, ਸਾਰੇ ਹੀ ਸਾਡੇ ਨੇ, ਕੋਈ ਗੈਰ ਨਹੀਂ ਕਿਸੇ ਦੇ ਨਾਲ, ਤੇ ਸਾਡੀ ਲੱਗਦੀ ਨਹੀਂ। ਬਹੁਤ ਔਖੇ ਆ ਸਰਕਾਰਾਂ ਤੋਂ, ਤੇ ਦੂਜੀ ਗੱਲ ਨਾ ਤੀਰਾਂ ਨਾ ਤਲਵਾਰਾਂ ਤੋਂ, ਪੰਥ ਡਰੇ ਗਦਾਰਾਂ ਤੋਂ, ਆਪਣੇ ਗਦਾਰ ਬਣਦੇ। ਅੱਜ ਹੁਣ ਮਸਲਾ ਇਹ ਨਹੀਂ ਰਹਿ ਗਿਆ ਵੀ ਜਾਂ ਇਕੱਲੇ ਅੰਮ੍ਰਿਤਪਾਲ ਸਿੰਘ ਦਾ ਰਹਿ ਗਿਆ, ਅੱਜ ਪੰਥ ਦਾ ਮਸਲਾ ਬਣ ਗਿਆ ਮੁੰਗਾ ਸਾਹਿਬ। ਅੱਜ ਪੰਥ ਬਨਾਮ ਸੈਂਟਰ ਜਾਂ ਪੰਥ ਵਿਰੋਧੀ, ਹੁਣ ਪੰਥ ਇਕਜੁੱਟ ਆ, ਇਹ ਜਕਾਰੇ ਗਜਾਓ। ਬਾਕੀ ਨੌਜਵਾਨਾਂ ਨੂੰ ਬੇਨਤੀ ਵੀ ਬਹੁਤ ਜਾਬਤੇ 'ਚ ਰਹੋ, ਤੁਹਾਡੇ ਬਜ਼ੁਰਗ ਆ, ਇੰਨੇ ਤੱਤੇ ਵੀ ਨਾ ਚੱਲੀਏ ਵੀ ਆਪਾਂ ਵੀ ਹੁਣੇ ਆਹ ਨਹੀਂ ਜੀ, ਐਂ ਕਰੋ ਐਂ ਕਰੋ, ਮਾਰੇ ਮਿਹਰ ਕਰਨਗੇ ਪੰਥ ਦੀਆਂ ਚੜ੍ਹਦੀਆਂ ਕਲਾ ਹੋਣਗੀਆਂ। ਬਸ ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ, ਹਾਂ ਹੋਸ਼ ਜੋਸ਼ ਜੋਸ਼ ਹੋਸ਼ ਦੋਨੇ ਰੱਖਣੇ। ਵਾਹਿਗੁਰੂ ਜੀ ਕਾ ਖਾਲਸਾ। ਸਭ ਤੋਂ ਪਹਿਲਾਂ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਦਰਸ਼ਨ ਦਿਦਾਰੇ ਕੀਤੇ ਹੈ। ਅਤੇ ਅੱਜ ਜਿਹੜਾ ਗੁਰਮਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਖੇ ਸੀ, ਅਤੇ ਆਹ ਜਿਹੜਾ ਗੁਰਮਤੇ ਕਰਨ ਵਾਸਤੇ ਖਾਲਸਾ ਪੰਥ ਦਾ ਜਿਹੜਾ ਮੁਖੀਆਂ ਦਾ ਨਿਹੰਗ ਸਿੰਘ ਜਿੱਥੇ ਜਥੇਬੰਦੀਆਂ ਦੇ ਮੁਖੀ ਸਾਹਿਬਾਨ, ਅਤੇ ਉੱਥੇ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਜਿੱਥੇ ਹਾਜ਼ਰ ਹੋਏ, ਦਰਸ਼ਨ ਦਿਦਾਰੇ ਕੀਤੇ ਨੇ। ਅਤੇ ਇਹ ਜਿਹੜੇ ਅੱਜ ਕੱਲ੍ਹ ਦੇ ਹਾਲਾਤ ਬਾਰੇ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਬਾਰੇ, ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਾਰਿਆਂ ਨੇ ਇਹੀ ਸੁਝਾਅ ਦਿੱਤੇ ਨੇ ਵੀ ਉਹ ਹੈ ਕਿੱਥੇ ਹੈ, ਅਤੇ ਜਿਹੜੇ ਨੌਜਵਾਨ ਗਲਤ ਫੜੇ ਜਾ ਰਹੇ ਨੇ, ਪੁਲਿਸ ਨੇ ਜਿਹੜੇ ਗਲਤ ਫੜੇ ਨੇ, ਅਤੇ ਉਹਨਾਂ ਬਾਰੇ ਵੀ ਬਹੁਤ ਵਿਸਤਾਰਪੂਰਵਕ ਜਿਹੜੇ ਗੁਰਮਤੇ ਹੋਏ ਨੇ, ਜੇ ਉਹ ਆਪਣੇ ਉਹਨਾਂ ਦੇ ਉੱਪਰ ਕੋਈ ਕੇਸ ਨਹੀਂ ਬਣਦੇ, ਉਹਨਾਂ ਨੂੰ ਜਿਹੜੇ ਗਲਤ ਫੜੇ ਉਹਨਾਂ ਨੂੰ ਤੁਰੰਤ ਜਿਹੜਾ ਰਿਹਾਅ ਕੀਤਾ ਜਾਣਾ ਚਾਹੀਦਾ। ਅਤੇ ਨਾਲ ਹੀ ਜਿਹੜੇ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਵੀ ਜੇ ਉਹ ਪੁਲਿਸ ਕੋਲ ਹੈਗਾ ਤਾਂ ਉਹ ਆਪਣੇ ਦੱਸਿਆ ਜਾਣਾ ਚਾਹੀਦਾ, ਜੇ ਨਹੀਂ ਹੈ ਤਾਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਆਪ ਹੀ ਜਿਹੜਾ ਆ ਕੇ, ਅਤੇ ਉਹ ਜ਼ਰੂਰ ਆਪਣੇ ਸਿੰਘ ਸਾਹਿਬ ਕੋਲ ਜਾਂ ਕਿਤੇ ਵੀ ਆਪਣੇ ਜ਼ਰੂਰ ਦੱਸਣਾ ਚਾਹੀਦਾ। ਅਤੇ ਉਹ ਸਾਰੀਆਂ ਜਥੇਬੰਦੀਆਂ ਦੀ ਇੱਕ ਮਤ ਹੋਈ ਹੈ ਕਿ ਆਪਾਂ ਆਪਣੇ ਜੇ ਉਹ ਨਹੀਂ ਆਪਦੇ ਆਪ ਪੇਸ਼ ਹੁੰਦਾ ਤਾਂ ਉਹ ਅਕਾਲ ਤਖਤ ਸਾਹਿਬ ਦੇ ਰਾਹੀਂ ਜਾਂ ਆਪਣੇ ਜੋ ਵੀ ਉਹਦੇ 'ਤੇ ਗੱਲਬਾਤ ਹੈ ਉਹ ਆਪਣੇ ਜ਼ਰੂਰ ਜਿਹੜਾ ਸਨਮੁੱਖ ਆਵੇ। ਅਤੇ ਜਿਹੜੀ ਆਪਣੇ ਸੰਗਤਾਂ ਦੇ ਵਿੱਚ ਦੁਬਧਾ ਹੈ ਜਾਂ ਨੌਜਵਾਨ ਜਿਹੜੇ ਆਪਣੇ ਸਾਡੇ ਉਹ ਦੁਬਧਾ ਵਿੱਚ ਨੇ, ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਅਤੇ ਭੱਜਣਾ ਨਹੀਂ ਚਾਹੀਦਾ। ਜੇ 84 ਦੇ ਵਿੱਚ ਕੋਈ ਵੀ, ਉਸ ਤੋਂ ਪਹਿਲਾਂ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਸਾਡੇ ਜਦੋਂ ਕਿਤੇ ਕੋਈ ਇਹੋ ਜਿਹੀ ਗੱਲ ਆਈ ਸੀ ਤਾਂ ਉਹਨਾਂ ਨੇ ਆਪ ਜਿਹੜੀ ਮਹਿਤੇ ਚੌਂਕ ਦੇ ਵਿੱਚ ਗ੍ਰਿਫਤਾਰੀ ਦਿੱਤੀ ਸੀ, ਅਤੇ ਉਹਨਾਂ ਨੂੰ ਇਹੋ ਜਿਹਾ ਨਹੀਂ ਸੀ ਕਰਨਾ ਚਾਹੀਦਾ। ਇਹੋ ਜਿਹੀ ਕੋਈ ਆਪਣੇ ਕਾਨੂੰਨ ਵੀ ਜੇ ਕੋਈ ਗਲਤ ਲੱਗਿਆ ਤਾਂ ਉਹ ਵੀ ਜਿਹੜਾ ਜ਼ਰੂਰ ਆਪਣੇ ਪੰਜਾਬ ਅਤੇ ਹਿੰਦੁਸਤਾਨ ਦੀ ਸਰਕਾਰ ਨੂੰ ਜ਼ਰੂਰ ਉਹ ਦੇਖਣਾ ਚਾਹੀਦਾ ਵੀ ਕਿਸੇ 'ਤੇ ਜਿਹੜੀਆਂ ਇਹੋ ਜਿਹੀਆਂ ਸਖਤ ਧਾਰਾਵਾਂ ਲਾ ਕੇ ਜੇ ਨਹੀਂ ਬਣਦੀਆਂ ਤਾਂ ਉਹ ਜਿਹੜੀਆਂ ਹਟਾ ਵੀ ਸਕਦੀ ਆ ਸਰਕਾਰ। ਅਤੇ ਮੇਰੀ ਤਾਂ ਆਪਣੇ ਜਿਹੜਾ ਸਾਰੇ ਗੁਰਮਤੇ ਹੋਏ ਨੇ ਅਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਜ਼ਰੂਰ ਚਾਹੀਦਾ ਉਹ ਭੱਜਣ ਦੀ ਬਜਾਏ ਉਹ ਜ਼ਰੂਰ ਆਪਣੇ ਜਿਹੜਾ ਆਪਣੇ ਸੰਗਤਾਂ ਦੇ ਸਨਮੁੱਖ ਆਉਣਾ ਚਾਹੀਦਾ। ਆਪਣੇ ਉੱਥੇ ਤਾਂ ਇਹੀ ਗੱਲ ਹੋਈ ਹੈ, ਸਾਰੇ ਸਿੰਘ ਸਾਹਿਬ ਜੀ ਨੇ ਵੀ ਹੁਣ ਆਪਣੇ ਸਾਰੇ ਗੁਰਮਤੇ ਹੋਏ ਨੇ, ਜੇ ਉਹ ਆਪਣੇ ਕਿਤੇ ਵੀ ਹੈਗੇ ਉਹ ਜ਼ਰੂਰ ਆਪਣੇ ਉਹਨਾਂ ਨੂੰ ਆਪਣੇ ਅਕਾਲ ਤਖਤ ਸਾਹਿਬ ਦੇ ਥਰੂ ਹੀ ਹੋ ਜਾਣ ਪੇਸ਼। ਸਾਰੀਆਂ ਜਥੇਬੰਦੀਆਂ ਨੇ ਵੀ ਇਹੀ ਕਿਹਾ ਵੀ ਆਪਣੇ ਉਹਨਾਂ ਨੂੰ ਇਹ ਨਹੀਂ ਦੁਬਧਾ ਨਹੀਂ ਰੱਖਣੀ ਚਾਹੀਦੀ, ਜੇ ਕੋਈ ਇਹੋ ਜਿਹੀ ਗੱਲਬਾਤ ਹੈਗੀ ਆ ਤਾਂ ਉਹ ਜ਼ਰੂਰ ਆਪਣੇ ਅਕਾਲ ਤਖਤ ਸਾਹਿਬ ਦੇ ਰਾਹੀਂ ਹੋ ਜਾਂਦੇ, ਕੋਈ ਆਪਣੇ ਇੱਥੇ ਕਰਦੇ ਅਪਰੋਚ ਕਰਦੇ। ਹਾਂ ਉਹ ਜ਼ਰੂਰ ਕਿਹਾ ਕਿ ਜੇ ਆਪਣੇ ਜਿਹੜੇ ਨੌਜਵਾਨ ਨੇ ਜੇ 24 ਘੰਟਿਆਂ ਦੇ ਨਹੀਂ ਛੱਡਣਗੇ ਵਿੱਚ, ਸਾਰਿਆਂ ਨੇ ਤਾਂ ਇਹੀ ਕਿਹਾ, ਮੈਂ ਵੀ ਇਹ ਬੇਨਤੀ ਕਰਦਾ ਤੁਰੰਤ ਉਹਨਾਂ ਨੂੰ ਜੇ ਆਪਣੇ ਰਿਹਾਅ ਕਰਨਾ ਚਾਹੀਦਾ, ਜੇ 24 ਘੰਟਿਆਂ ਤੱਕ ਨਹੀਂ ਛੱਡਿਆ ਤਾਂ ਅਗਲਾ ਜਿਹੜਾ ਉਹ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਸਾਰੇ ਹੋਏ ਨੇ ਗੁਰਮਤੇ ਉਹਦੇ ਅਨੁਸਾਰ ਚੱਲਾਂਗੇ।
तीरां ना तलवारां तों पंथ डरे गदारां तों अपने गदार बणदे अज हुण मसला इह नहीं रह गया वी जां कल्ले अमृतपाल सिंह दा रह गया अज पंथ दा मसला बण गया। ओहो बहुत चढ़दी कला दे फैसले होए आ और इन्नी इन्नी चढ़दी कला च मीटिंग हुई ना जो मर्जी कोई दूजा तीजा आखी जाए असीं चशम दी दे आ और सिंह साहब ने बड़े चढ़दी कला दे फैसले लए आ निशाना बारे जिहड़े निशान वह कह रहे थे भी निशान जी भी खालिस्तान का जां जी ये निशान वह खालसा राज दा है ते जिहड़ी खालस चीज़ आ प्योरिटी वो माण होना चाहिए तो दूजा जिहड़े रियासतां दे साडे निशान हाँ जी वो रियासतां दे निशान वो साडे राज भाग दीआं निशानियां इन्हां ने किन्ना झूठ बोलिया इत्थों सोचो भी ये कित्थे कित्थे किन्ने वड्डे वड्डे झूठ बोले होणगे और नैशनल मीडिया उन्हां दे उत्ते केस कीते जाणे हुण वो कल्ले कल्ले चैनल दे नाल नजिठिया जाणा जिन्हें सिखां दी छवि इन्ने गंदे ढंग दे नाल भलाई उन्हां चलो जे नौजवानां की है कि एडा नेरा गया कि उन्हें गलत करता सी ऐसा जे कीता कानून दे अपने भी जिहड़ी इत्थे दी सरकार भी आ चौके एन एस ए लाउण लग गए तुसीं वो पुराने दिन चेते कराउण लग गए एवें बिना मतलब पाउण लग गए आ ए सरकार भी तो उत्थे वाली भी सेंटर वाली भी चक के पेज बंद करते चंगे भले बंदे जिहड़े साडे वधिया बुलारे ने जां कोई वधिया सोच रखण वाले साडा भी बंद कीता पर कोई गल नहीं परवाह नहीं पंथ लई जिहड़े ना कलगियां वाले सतगुरां ने मेहरां कीतियां इंज लगदा भी बहुत चढ़दी कला दा बहुत चढ़दी कला दा फैसला होया ते चढ़दी कला दीआं न्यूज़ां हुण चलणगीआं जिन्ना दस दिन भंडिया ना हुण उन्नी चढ़दी कला दीआं साडीआं आउणगीआं। सरकारां नूं की सुनेहा दित्ता गया? सरकारां नूं बहुत सख्त सारा पंथ इकजुटिआ ਇਹ ਇਕੱਲੇ ਨਾ ਸਮਝਣ ਵੀ ਜਾਂ ਸ਼੍ਰੋਮਣੀ ਕਮੇਟੀ ਇਕੱਲੀ ਜਾਂ ਜਥੇਦਾਰ ਸਾਹਿਬ ਇਕੱਲੇ ਨੇ ਜਾਂ ਦਲ ਪੰਥ ਸਾਰੇ ਹੀ ਇਕਜੁੱਟ ਨੇ ਔਰ ਸਾਰਿਆਂ ਜਕਾਰੇ ਗੂੰਜਦੇ ਸੀ ਜਦੋਂ ਸਿੰਘ ਸਾਹਿਬ ਇੱਕ ਇੱਕ ਗੱਲ ਕਰਦੇ ਸੀ ਨਿਸ਼ਾਨ ਸਾਹਿਬ ਉਹ ਝੂਲਣਗੇ 29 ਨੂੰ ਉਹ ਨਿਸ਼ਾਨ ਸਾਹਿਬ ਹਰ ਸਿੱਖ ਦੇ ਘਰ ਦੇ ਉੱਤੇ ਲੱਗਣੇ ਚਾਹੀਦੇ ਕਰਕ ਜਾਵੇ ਨਿਹਾਲੋ ਜਾਵੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ लाग ते दीवान रहे गाव ते सुजान रहे झूल ते निशान रहे पंथ महाराज के और साडा किसे नाल कोई बैर नहीं साडा हिंदू मुसलमान इदा बैर नहीं सारे ही साडे ने कोई गैर नहीं किसे दे नाल ते साडी लगदी नहीं बहुत औखे आ सरकारां तों ते दूजी गल ना तीरां ना तलवारां तों पंथ डरे गदारां तों अपने गदार बणदे अज हुण मसला इह नहीं रह गया वी जां कल्ले अमृतपाल सिंह दा रह गया अज पंथ दा मसला बण गया। ਮੰਗਾ ਸਾਹਿਬ ਅੱਜ ਪੰਥ ਬਨਾਮ ਸੈਂਟਰ ਜਾਂ ਪੰਥ ਵਿਰੋਧੀ ਹੁਣ ਪੰਥ ਇੱਕ ਜੁੱਟਿਆ ਇਹ ਜਕਾਰੇ ਗਜਾਓ ਬਾਕੀ ਨੌਜਵਾਨਾਂ ਨੂੰ ਬੇਨਤੀ ਵੀ ਬਹੁਤ ਜਾਵਤੇ 'ਚ ਰਹੋ ਤੁਹਾਡੇ ਬਜ਼ੁਰਗ ਆ ਇੰਨੇ ਤੱਤੇ ਵੀ ਨਾ ਚੱਲੀਏ ਵੀ ਆਪਾਂ ਵੀ ਹੁਣੇ ਆਹ ਨਹੀਂ ਜੀ ਐਂ ਕਰੋ ਐਂ ਕਰੋ ਮਾਰੇ ਮਿਹਰ ਕਰਨਗੇ ਪੰਥ ਦੀਆਂ ਚੜ੍ਹਦੀਆਂ ਕਲਾ ਹੋਣਗੀਆਂ ਬਸ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਹਾਂ ਹੋਸ਼ ਜੋਸ਼ ਜੋਸ਼ ਹੋਸ਼ ਦੋਨੇ ਰੱਖਣੇ ਵਾਹਿਗੁਰੂ ਜੀ ਕਾ ਖਾਲਸਾ ਸਭ ਤੋਂ ਪਹਿਲਾਂ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਦਰਸ਼ਨ ਦਦਾਰੇ ਕੀਤੇ ਹੈ ਅਤੇ ਅੱਜ ਜਿਹੜਾ ਗੁਰਮਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਖੇ ਸੀ ਅਤੇ ਆਹ ਜਿਹੜਾ ਗੁਰਮਤੇ ਕਰਨ ਵਾਸਤੇ ਖਾਲਸਾ ਪੰਥ ਦਾ ਜਿਹੜਾ ਮੁਖੀਆਂ ਦਾ ਨਿਹੰਗ ਸਿੰਘ ਜਿੱਥੇ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਅਤੇ ਉੱਥੇ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਜਿੱਥੇ ਹਾਜ਼ਰ ਹੋਏ ਦਰਸ਼ਨ ਦਦਾਰੇ ਕੀਤੇ ਨੇ ਅਤੇ ਇਹ ਜਿਹੜੇ ਅੱਜ ਕੱਲ੍ਹ ਦੇ ਹਾਲਾਤ ਬਾਰੇ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਬਾਰੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਾਰਿਆਂ ਨੇ ਇਹੀ ਸੁਝਾਅ ਦਿੱਤੇ ਨੇ ਵੀ ਉਹ ਹੈ ਕਿੱਥੇ ਹੈ ਅਤੇ ਜਿਹੜੇ ਨੌਜਵਾਨ ਗਲਤ ਫੜੇ ਜਾ ਰਹੇ ਨੇ ਪੁਲਿਸ ਨੇ ਜਿਹੜੇ ਗਲਤ ਫੜੇ ਨੇ ਅਤੇ ਉਹਨਾਂ ਬਾਰੇ ਵੀ ਬਹੁਤ ਵਿਸਤਾਰਪੂਰਵਕ ਜਿਹੜੇ ਗੁਰਮਤੇ ਹੋਏ ਨੇ ਜੇ ਉਹ ਆਪਣੇ ਉਹਨਾਂ ਦੇ ਉੱਪਰ ਕੋਈ ਕੇਸ ਨਹੀਂ ਬਣਦੇ ਉਹਨਾਂ ਨੂੰ ਜਿਹੜੇ ਗਲਤ ਫੜੇ ਉਹਨਾਂ ਨੂੰ ਤੁਰੰਤ ਜਿਹੜਾ ਰਿਹਾਅ ਕੀਤਾ ਜਾਣਾ ਚਾਹੀਦਾ ਅਤੇ ਨਾਲ ਹੀ ਜਿਹੜੇ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਵੀ ਜੇ ਉਹ ਪੁਲਿਸ ਕੋਲ ਹੈਗਾ ਤਾਂ ਉਹ ਆਪਣੇ ਦੱਸਿਆ ਜਾਣਾ ਚਾਹੀਦਾ ਜੇ ਨਹੀਂ ਹੈ ਤਾਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਆਪ ਹੀ ਜਿਹੜਾ ਆ ਕੇ ਅਤੇ ਉਹ ਜ਼ਰੂਰ ਆਪਣੇ ਸਿੰਘ ਸਾਹਿਬ ਕੋਲ ਜਾਂ ਕਿਤੇ ਵੀ ਆਪਣੇ ਜ਼ਰੂਰ ਦੱਸਣਾ ਚਾਹੀਦਾ ਅਤੇ ਉਹ ਸਾਰੀਆਂ ਜਥੇਬੰਦੀਆਂ ਦੀ ਇੱਕ ਮਤ ਹੋਈ ਹੈ ਕਿ ਆਪਾਂ ਆਪਣੇ ਜੇ ਉਹ ਨਹੀਂ ਆਪਦੇ ਆਪ ਪੇਸ਼ ਹੁੰਦਾ ਤਾਂ ਉਹ ਅਕਾਲ ਤਖਤ ਸਾਹਿਬ ਦੇ ਰਾਹੀਂ ਜਾਂ ਆਪਣੇ ਜੋ ਵੀ ਉਹਦੇ 'ਤੇ ਗੱਲਬਾਤ ਹੈ ਉਹ ਆਪਣੇ ਜ਼ਰੂਰ ਜਿਹੜਾ ਸਨਮੁੱਖ ਆਵੇ
तो जिहड़ी अपने संगतां दे विच दुविधा है जां नौजवान जिहड़े अपने साडे वो दुविधा विच ने उहनां नूं क्लीयर करना चाहीदा ते भजना नहीं चाहीदा। जे 84 दे विच कोई भी उस तो पहला भी संत बाबा जरनैल सिंह जी साढ़े जदों कितें कोई इहो जी गल आई सी तो उन्होंने आप जिहड़ी मैते चौंक दे विच गिरफ्तारी दित्ती सी ते उहनां नूं इहो जिहा नहीं सी करना चाहीदा। इहो जी कोई अपने कानून भी जे कोई गलत लग्या तो वह भी जिहड़ा जरूर अपने पंजाब ते हिंदुस्तान की सरकार नूं जरूर वह देखना चाहीदा भी किसे ते जिहड़ियां इहो जिहियां सख्त धाराएं ला के जे नहीं बनदियां तो वह जिहड़ियां हटा भी सकदी है सरकार। तो मेरी तो अपने जिहड़ा सारे गुरमते हुए ने तो वो भाई अमृतपाल सिंह जरूर चाहिए वो भजन की बजाय वो जरूर अपने जिहड़ा अपने संगतां दे सन्मुख आना चाहिए। अपने उत्थे तो यही गल हुई है सारे सिंह साहब जी ने भी हुण अपने सारे गुरमते हुए ने जे वो अपने किते भी हैगे वो जरूर अपने उन्होंने अपने अकाल तख्त साहब के थ्रू ही हो जाण पेश। सारिया जथेबंदियां ने भी यही कहा भी अपने उन्होंने ये नहीं दुविधा नहीं रखनी चाहिए जे कोई इहो जी गलबात हैगी तो वह जरूर अपने अकाल तख्त साहब के राही हो जाते कोई अपने इत्थे करदे अप्रोच करदे। हाँ वो जरूर कहा कि जे अपने जिहड़े नौजवान ने जे 24 घंटे नहीं छड्डणगे विच सारिया ने तो यही कहा मैं भी ये बेनती करदा तुरंत उन्होंने जे अपने रिहा करना चाहिए जे 24 घंटे तक नहीं छड्डिया तो अगला जिहड़ा वो अकाल तख्त साहब वालों जो भी सारे होए ने गुरमते अनुसार चलांगे।